ਮੇਘਾਲਿਆ ਦੇ ਵਿੱਚ ਵਾਪਰੀ ਸਿੱਖ ਭਾਈਚਾਰੇ ਦੇ ਨਾਲ ਘਟਨਾ ਹਾਲੇ ਵੀ ਲੋਕਾਂ ਦੇ ਮਨਾਂ ਦੇ ਅੰਦਰ ਤਾਜ਼ਾ ਹੈ ਕਿ ਉਸ ਤੋਂ ਬਾਅਦ ਸ਼ਿਲੌਂਗ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਇੱਥੋਂ ਦੇ ਮਿਊਨਿਸਪਲ ਬੋਰਡ ਨੇ ਸ਼ਿਲੌਂਗ ਦੀ ਪੰਜਾਬੀ ਲੇਨ ਦੇ ਵਿੱਚ ਪਿਛਲੇ 200 ਸਾਲਾਂ ਤੋਂ ਬਸੇ ਪੰਜਾਬੀ ਭਾਈਚਾਰੇ ਦੇ ਉਜਾੜੇ ਦਾ ਮੁੱਢ ਬੰਨ ਦਿੱਤਾ ਹੈ। ਦਰਅਸਲ ਮਿਊਨਿਸਪਲ ਬੋਰਡ ਦੇ ਵੱਲੋਂ ਪਿਛਲੇ ਸ਼ੁੱਕਰਵਾਰ ਪੰਜਾਬੀ ਭਾਈਚਾਰੇ ਨੂੰ ਕੋਰਟ ਦਾ ਨੋਟਿਸ ਭੇਜ ਕੇ 144 ਦੀ ਧਾਰਾ ਲਾਗੂ ਕਰ ਦਿੱਤੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਰਾਜਨੀਤਿਕ ਆਗੂਆਂ ਦੇ ਵੱਲੋਂ ਮੋਦੀ ਨੂੰ ਇਸ ਮਾਮਲੇ ਦੇ ਸੰਬੰਧੀ ਦਖਲ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ 3 ਦਿਨ ਬਾਅਦ ਵੀ ਹਾਲੇ ਤੱਕ ਕੋਈ ਠੋਸ ਕਾਰਵਾਈ ਅਮਲ ਦੇ ਵਿੱਚ ਨਾ ਤਾਂ ਲਿਆਂਦੀ ਗਈ ਹੈ ਤੇ ਨਾ ਹੀ ਕੋਈ ਬਿਆਨ ਆਇਆ। ਘੱਟ ਗਿਣਤੀਆਂ ਦੇ ਨਾਲ ਅਜਿਹੇ ਵਤੀਰੇ ਨੂੰ ਮੰਦਭਾਗਾ ਦੱਸਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੈਰੇਦਾ ਟੀਵੀ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।